ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਨੈਸ਼ਨਲ ਕਾਨਫਰੰਸ ਦਾ ਵਿਸ਼ਾ ਫਿਜ਼ੀਓਥੈਰੇਪੀ ਰਾਹੀਂ ਦਰਦ ਨਿਵਾਰਨ ਸੀ। ਕਾਨਫਰੰਸ ਦੇ ਮੁੱਖ ਸਰਪ੍ਰਸਤ ਡਾਕਟਰ ਪ੍ਰਿਤਪਾਲ ਸਿੰਘ, ਵਾਈਸ ਚਾਂਸਲਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੇ ਕਾਨਫਰੰਸ ਦਾ ਉਦਘਾਟਨ ਕੀਤਾ। ਉਹਨਾਂ ਨੇ ਸਰੀਰ ਦੀਆਂ ਵੱਖ ਵੱਖ ਦੁਖਦਾਈ ਹਾਲਤਾਂ ਦੇ ਪ੍ਰਬੰਧਨ ਵਿੱਚ ਫਿਜ਼ੀਓਥੈਰੇਪੀ ਦੀ ਭੂਮਿਕਾ ਬਾਰੇ ਆਪਣੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਕਾਨਫਰੰਸ ਦੇ ਕਨਵੀਨਰ ਡਾਕਟਰ ਤੇਜਵੀਰ ਸਿੰਘ, ਡੀਨ ਫੈਕਲਟੀ ਆਫ ਮੈਡੀਸਨ ਅਤੇ ਡਾਕਟਰ ਪੰਕਜਪ੍ਰੀਤ ਸਿੰਘ, ਸਹਿ ਕਨਵੀਨਰ ਇੰਚਾਰਜ ਫਿਜ਼ੀਓਥੈਰੇਪੀ ਵਿਭਾਗ ਨੇ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਮੂਹ ਡੈਲੀਗੇਟਸ, ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਨੇ ਫਿਜ਼ੀਓਥੈਰੇਪੀ ਦੀ ਲੋੜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾਕਟਰ AJK ਸਿਨਹਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਾਨਫਰੰਸ ਦੇ ਥੀਮ ਤੇ ਆਪਣੇ ਕੁੰਜੀਵਤ ਭਾਸ਼ਣ ਨਾਲ ਸੰਮੇਲਨ ਦੇ ਵਿਗਿਆਨਿਕ ਸੈਸ਼ਨਾਂ ਦਾ ਉਦਘਾਟਨ ਕੀਤਾ। ਫਿਜ਼ੀਓਥੈਰੇਪੀ ਦੇ ਖੇਤਰ ਵਿੱਚ ਨਾਮਵਰ ਸ਼ਖਸੀਅਤਾਂ ਪ੍ਰੋਫੈਸਰ ਡਾਕਟਰ ਨਰਕੇਸ਼ ਆਰਗੂਮਮ, ਮੁਖੀ ਫਿਜ਼ੀਓਥੈਰੇਪੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਜਤਿੰਦਰ ਸ਼ਰਮਾ, ਪ੍ਰਿੰਸੀਪਲ DAV ਕਾਲਜ ਆਫ ਫਿਜ਼ੀਓਥੈਰੇਪੀ ਜਲੰਧਰ, ਡਾਕਟਰ ਪਰਮਵੀਰ ਸਿੰਘ, ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਕਟਰ ਹਰਪ੍ਰੀਤ ਸਿੰਘ, ਏਮਸ ਨਵੀਂ ਦਿੱਲੀ, ਕਾਨਫਰੰਸ ਦੇ ਸਪੀਕਰ ਵਜੋਂ ਆਪਣੀ ਭੂਮਿਕਾ ਨਿਭਾਈ। ਉਹਨਾਂ ਵੱਲੋਂ ਆਪਣੇ ਗਿਆਨ ਅਤੇ ਫਿਜ਼ੀਓਥੈਰੇਪੀ ਦੇ ਖੇਤਰ ਵਿੱਚ ਮਹਾਰਤ ਅਨੁਸਾਰ ਵਿਚਾਰ ਵੀ ਸਾਂਝੇ ਕੀਤੇ ਗਏ। ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਕਾਨਫਰੰਸ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਕਾਨਫਰੰਸ ਦੇ ਥੀਮ ਤੇ ਆਧਾਰਿਤ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ। ਜੇਤੂਆਂ ਨੂੰ ਪੋਸਟਰ ਪੇਸ਼ਕਾਰੀ ਅਤੇ ਉੱਤਮ ਪੇਪਰ ਪੇਸ਼ਕਾਰੀ ਲਈ ਇਨਾਮ ਵੀ ਵੰਡੇ ਗਏ। ਕਾਨਫਰੰਸ ਦੇ ਅੰਤ ਵਿੱਚ ਪ੍ਰਬੰਧਕੀ ਸੈਕਟਰੀ ਡਾਕਟਰ ਸੁਪ੍ਰੀਤ ਬਿੰਦਰਾ, ਸਹਾਇਕ ਪ੍ਰੋਫੈਸਰ ਫਿਜ਼ੀਓਥੈਰੇਪੀ ਵਿਭਾਗ ਨੇ ਵਿਸ਼ੇ ਸੰਬੰਧੀ ਹੋਈਆਂ ਚਰਚਾਵਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਸਾਰਿਆਂ ਦਾ ਧੰਨਵਾਦ ਵੀ ਕੀਤਾ। ਇੰਚਾਰਜ ਡਿਪਾਰਟਮੈਂਟ ਆਫ ਫਿਜ਼ੀਓਥੈਰੇਪੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ। ਅੱਜ ਮੈਨੂੰ ਇਹ ਦੱਸ ਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਨੈਸ਼ਨਲ ਕਾਨਫਰੰਸ ਜਿਹੜੀ ਕਿ ਫਿਜ਼ੀਓਥੈਰੇਪੀ 'ਤੇ ਸੀ, ਕੰਟਰੈਕਟਿੰਗ ਪੇਨ ਥਰੂ ਫਿਜ਼ੀਓਥੈਰੇਪੀ, ਬਹੁਤ ਹੀ ਵਧੀਆ ਸਕਸੈਸਫੁਲ ਰਹੀ। ਵਾਹਿਗੁਰੂ ਦੀ ਸ਼ੁਕਰਗੁਜ਼ਾਰ ਕਰਦੇ ਹੋਏ ਸਾਡੇ ਬਹੁਤ ਦੂਰੋਂ ਦੂਰੋਂ ਯੂਨੀਵਰਸਿਟੀ 'ਚ ਕਾਲਜਿਸ ਅਤੇ ਯੂਨੀਵਰਸਿਟੀਜ਼ ਨੇ ਪਾਰਟੀਸਪੇਟ ਕੀਤਾ, ਜਿਹਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, PGI, ਏਮਸ ਦਿੱਲੀ, ਚਿਤਕਾਰਾ ਯੂਨੀਵਰਸਿਟੀ ਅਤੇ ਹੋਰ ਬਹੁਤ ਸੰਸਥਾਵਾਂ ਨੇ ਸ਼ਿਰਕਤ ਕੀਤੀ। ਬਹੁਤ ਵਧੀਆ ਰਿਹਾ ਜੀ। ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਹ ਜਿਹੜਾ ਪ੍ਰੋਗਰਾਮ ਸੀਗਾ, ਅਸੀਂ ਸੀਰੀਜ਼ ਲਾ ਰੱਖੀ ਸੀਗੀ, ਉਹਨਾਂ ਵਿੱਚੋਂ ਇਹ ਇੱਕ ਹੈ ਅਤੇ ਪੂਰੇ ਸਾਲ ਅਸੀਂ ਇਹ ਇੱਦਾਂ ਦੇ ਫੰਕਸ਼ਨ ਕਰਦੇ ਰਹਿੰਦੇ ਹਾਂ। 2014 ਤੋਂ ਇਹ ਡਿਪਾਰਟਮੈਂਟ ਸਟਾਰਟ ਹੋਇਆ ਸੀਗਾ ਔਰ 2 ਬੈਚ ਸਾਡੇ ਪਾਸ ਆਊਟ ਹੋ ਚੁੱਕੇ ਹਨ ਜੀ, ਅਤੇ ਇੱਥੇ ਅਸੀਂ ਫ੍ਰੀ OPD ਸੋਮ ਤੋਂ ਸ਼ੁੱਕਰਵਾਰ ਚਲਾਉਂਦੇ ਹਾਂ।